ਮਾਦ ਕੋਲ ਆ ਗਏ ਅੰਮਾ ਜ਼ੇਵਰ ਲੈ ਗਏ ਅਲਹਮਦੁਲਿਲਾ ਸਜਾਦ ਮਕਾਨ ਮਿਲਿਆ ਜੀ ਅੰਮਾ ਜਾਨ ਸਜਾਦ ਜਿਹੜਾ ਮਕਾਨ ਮਿਲਿਆ ਸਭ ਤੋਂ ਪਹਿਲੇ ਉਹਦੇ ਤੇ ਮੇਰੇ ਗਾਜ਼ੀ ਦਾ ਅਲਮ ਲਵਾ ਸ਼ਾਬਾਸ਼ ਅਲਮ ਲਵਾ ਇਹੋ ਲਫ਼ਜ਼ ਮੈਂ ਪੜ੍ਹਿਆ ਇੱਕ ਬਜ਼ੁਰਗ ਸੈਯਦ ਚਿੱਟੀ ਦਾੜੀ ਇੰਜ ਮਾਤਮ ਕਰਕੇ ਆਦਨ ਹਬੀਬ ਰਜ਼ਾ ਦੱਸ ਸਜਾਦ ਅਲਮ ਕਿਹੜੀ ਸ਼ਾਇਦ ਬਣਾਇਆ ਮਸਾਇਬ ਤੇ ਮੈਂ ਹੁਣ ਸ਼ੁਰੂ ਪਿਆ ਕਰਦਾ ਮੈਂ ਕਿ ਸੈਯਦਾਦਾ ਜਿਹੜਾ ਲੁੱਟ ਦਾ ਮਾਲ ਮਿਲਿਆ ਬਾਗਰ ਦੇ ਬਾਬੇ ਗੰਢ ਖੋਲੀਏ ਪਹਿਲਾ ਬੁਰਕਾ ਚਾਇਆ ਸਜਾਦ ਅਲੀ ਅਕਬਰ ਦੀ ਮਾਂ ਦਾ ਸਰ ਗਜਿਆ ਹੈ ਦੂਜਾ ਬੁਰਕਾ ਚਾਇਆ ਕਾਸਮ ਦੀ ਮਾਂ ਦਾ ਸਰ ਗਜਿਆ ਹੈ ਸਜਾਦ ਬੁਰਕੇ ਚਾਹੁੰਦਾ ਹੈ ਮਾਵਾਂ ਦੇ ਸਰ ਗਜਦਾ ਹੈ ਬੁਰਕੇ ਚਾਹੁੰਦਾ ਹੈ ਮਾਵਾਂ ਦੇ ਸਰ ਗਜਦਾ ਹੈ ਆਖਰ ਤੇ ਇੱਕ ਚਾਦਰ ਬਚੀ ਹੈ ਜਿਹਨੂੰ ਵੇਖ ਕੇ ਸਜਾਦ ਦੀ ਰੱਖ ਵੱਧ ਗਈ ਹੈ ਕੁਰਾਨ ਦੀ ਕਸਮ ਹੈ ਸਜਾਦਾ ਦਾ ਅੰਮਾ ਇਹ ਉਹਦੀ ਚਾਦਰ ਹੈ ਜਿਹੜੀ ਰੱਸੀਆਂ ਪਾ ਕੇ ਗਨੀ ਵਾਲੇ ਕਬਰਸਤਾਨ ਅਲੀ ਸਜਾਦ ਮੇਰੀ ਧੀ ਦੀ ਚਾਦਰ ਦਾ ਅਲਮ ਬਣਾ ਮਾਤਮ ਕਰਨਾ ਮਾਤਮ ਕਰਨਾ ਮੇਰੀ ਧੀ ਦੇ ਬੁਰਕੇ ਦਾ ਅਲਮ ਬਣਾ ਲੱਗ ਗਿਆ ਅਲਮ ਪੁੱਛ ਮੇਰੇ ਤੋਂ ਹਬੀਬ ਰਜ਼ਾ ਅਲੀ ਦੀ ਧੀ ਸਭ ਤੋਂ ਪਹਿਲਾਂ ਕੰਮ ਕਿਹੜਾ ਕੀਤਾ ਮੈਂ ਪੜਦਾ ਰਹਿਣਾ ਜ਼ਖਮੀ ਹੱਥਾਂ ਨਾਲ ਮੇਰੀ ਸੈਣ ਅਲਮ ਥੱਲੇ ਚਿਰਾਗ ਜਲਾਇਆ ਚਿਰਾਗ ਜਲਾ ਕੇ ਸੱਜਾ ਹੱਥ ਅਲਮ ਤੇ ਰੱਖੇ ਬੀਬੀ ਆਦਨ ਅੱਬਾਸ ਮੇਰਾ ਵੀਰ ਤੂੰ 28 ਰਜਬ 71 ਲਿਖੀ ਆਈ ਨਸਰੁਮ ਮਿਨੱਲਾਹ ਵਫਤ ਹੁਣ ਕਰੀਬ ਸ਼ਾਲਾ ਮੈਂ ਸਮਝਾ ਲਵਾਂ ਬੀਬੀ ਅਲਮ ਤੇ ਹਦਰਾ ਕਿਆ ਦਿਨ ਅੱਬਾਸ ਤੇਰੀ ਲਿਖੀ ਹੋਈ ਤਰੀਰ ਬਚ ਗਈ ਏ ਭੈਣ ਰੁੱਲ ਗਈ ਆ ਮਾਹੌਰਕਮ ਪਰ ਮੈਂ ਸਜਾਦ ਐਲਾਨ ਕਰਵਾ ਅੱਜ ਮੇਰੇ ਵੀਰ ਦੀ ਪਹਿਲੀ ਮਜਲਸ ਹੈ ਜਨਾਬੇ ਬਾਕਰ ਗਲੀਆਂ 'ਚ ਐਲਾਨ ਪੈ ਕਰ ਦੇ ਜਿਤਨੇ ਬੰਦੇ ਮਜਲਸ ਕਰਵਾਉਂਦੇ ਹੋ ਜਿਹੜੇ ਹੁਸੈਨ ਦੀ ਫੂੜੀ ਵਿਛਾਉਂਦੇ ਹੋ ਮੈਂ ਤੁਹਾਡੀ ਮਿੰਨਤ ਕਰ ਰਿਹਾ ਮਜਲਸ ਦਾ ਇਸ਼ਤਿਹਾਰ ਛਪਵਾ ਕੇ ਅਜ਼ਾਦਾਰਾਂ ਨੂੰ ਪੈਗਾਮ ਦੇਣਾ ਜਨਾਬੇ ਬਾਕਰ ਦੀ ਸੁਨਤ ਜ਼ਾਕਰੀਨ ਦੀ ਇੱਜ਼ਤ ਕਰਨਾ ਜਨਾਬੇ ਸੱਜਾਦ ਦੀ ਸੁਨਤ ਪਰਦੇ ਦਾ ਇੰਤਜ਼ਾਮ 18 ਭਰਾਵਾਂ ਦੀ ਭੈਣ ਦੀ ਸੁਨਤ ਬਲਕਿ ਮੈਂ ਮਿੰਨਤ ਕਰਕੇ ਜਾ ਰਿਹਾ ਬੇਸ਼ੱਕ ਤੋ ਜ਼ਾਕਰ ਘੱਟ ਬੁਲਾ ਲਿਆ ਕਰ ਇਹ ਜਿਹੜੇ ਬੰਦੇ ਮਾਵਾਂ ਭੈਣਾਂ ਧੀਆਂ ਨੂੰ ਨਾਲ ਲੈ ਕੇ ਮਿੱਟੀ ਤੇ ਬਹਿ ਕੇ ਬੈਣ ਕਰਦੇ ਨੇ ਇਹਨਾਂ ਦੀ ਖਿਦਮਤ ਜ਼ਿਆਦਾ ਕੀਤਾ ਕਰ ਕੁਰਾਨ ਦੀ ਕਸਮ ਹੈ ਸਜਾਦ ਜ਼ਾਕਰ ਬੁਲਾਵੇ ਹਾਂ ਅਲੀ ਦੀ ਧੀ ਪਰਦੇ ਦਾ ਇੰਤਜ਼ਾਮ ਕਰੇ ਹਾਂ ਅਲੀ ਅਸਗਰ ਦੀ ਮਾਂ ਜ਼ਖਮੀ ਹੱਥਾਂ ਨਾਲ ਲੰਗਰ ਬਣਾਵੇ ਹਾਂ ਠੰਡੇ ਸ਼ਰਬਤ ਚਾ ਕੇ ਇੱਕ ਇੱਕ ਬੀਬੀ ਨੂੰ ਆਖਿਆ ਤੁਸਾਂ ਰੱਜ ਪੀਓ ਮੇਰਾ ਬਾਫੇ ਦਰਿਆ ਦਾ ਤੜਕਾ ਭਲਾ ਵੀ ਭਲਾ ਵੀ ਭਲਾ ਵੀ ਸਹਿਣ ਰਾਜ਼ੀ ਹੋ ਵੀ ਸਹਿਣ ਰਾਜ਼ੀ ਹੋ ਵੀ ਸਹਿਣ ਰਾਜ਼ੀ ਹੋ ਵੀ ਤੂੰ ਸਰਜ ਪੀਵੋ ਮੇਰਾ ਬਾਂਢੇ ਦਰਿਆ ਦੀ ਮਨ ਦੇ ਦਰਸ਼ਨ ਆ ਰਿਹਾ ਨੇ ਸ਼ਾਮ ਦੀਆਂ ਗਲੀਆਂ ਜਨਾਬੇ ਬਾਕਰ ਐਲਾਨ ਪੈ ਕਰ ਦੇਣ ਮਜਲਸ ਦਾ ਐਲਾਨ ਇੰਜ ਪੈ ਕਰ ਦੇਣ ਜਿਵੇਂ ਫੁੱਫੀ ਦੇ ਜਨਾਜ਼ੇ ਦਾ ਕੀਤਾ ਮਜਲਸ ਵਿੱਚ 25,000 ਔਰਤ ਕਿਤਨੀ ਪਿਆਰੇ ਭਾਈ ਕਿਤਨੀ 25,000 ਸ਼ਾਮ ਦੀਆਂ ਔਰਤਾਂ ਸਰਾਂ ਤੇ ਬੁਰਕੇ ਸ਼ਾਮ ਦੀਆਂ ਔਰਤਾਂ ਸਰਾਂ ਤੇ ਬੁਰਕੇ ਸ਼ਾਮ ਦੀਆਂ ਔਰਤਾਂ ਸਰਾਂ ਤੇ ਬੁਰਕੇ ਇੰਜ ਬੈਠੀਆਂ ਨੇ ਜਿਵੇਂ ਨਮਾਜ਼ੀ ਬੰਦਾ ਮੌਲਾ ਦਰਜਾਤ ਬੁਲੰਦ ਕਰੇ ਮਲਕ ਖੁਰਸ਼ੀ ਦਾ ਬਾਸ ਪਹੋੜ ਉਹ
انہ دے جلسے تے اس اشارت مقدی مجلس اکٹھیاں دو لانوں بے گئیان 25,000 عورت آدیان بی بی معافی منگن آئیاں ساڈے کولوں کچھ منگ بی بی آدیان کیوں منگا جڑا منگ دی رہی اللہ تیرے پتران دی زندگی کرے اللہ تیرے اندھیاں دا پور کے سلامت رکھے بی بی آدیا کیوں منگا جڑا منگ دی رہی کیوں منگا میں کوئی غریب ہاں بی بی اکبر دا واسطہ ساڈے ذمے کوئی نوکری نہ فرمایا واسطہ اوکھا دیتا نے اگر نوکری کرنا چاہنی ہو ہر شب جمعہ غریب والے قبرستان لگیا جاوے بی بی کیا کرنا ہے فرمایا اٹھ میرے بھرا دی چھوٹی دھی دی قبر ہے قبر تے چراغ جلاوے پانی چھڑک گیا کہ جا تیرے سجن بدنا تے ول گئے آخری دو بین کر لگا اوکھی دعا منگ لوے الحمدللہ آزادار برامدگیاں ہوں نیاں چاچا کسے جگہ تے جھولا کسے جگہ تے مہندی کسے جگہ تے علم کسے جگہ تے شبیہ ذوالجنا کسے جگہ تے در بولو میرے نال کسے جگہ تے مہندی برامدگیاں ہوں نیاں پوچھ میرے تو حبیب رضا مجلس جو ہوئی آئی ذاکر کونہ سنن والا کونہ برامدگی کیڑی شاہدی ہوئی آئی مر جمع جمانی مانا میں اگلے لفظ نہ پڑھا تیرے مذہب جماعت مواجب ذاکر دا نام سجادہ مجلس مک جائے کلہ بے کے سنے تے سمجھے ذاکر دا نام سجادہ سنن والی علی دی دھی آئی برامدگی چالی اکبر دا سارا مرحبا 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 ذاکر دا نام سجاد سنن والی اون دی ماں برامدگی چالی اکبر دا سارا منبر دی قسم ہے سجاد اشارہ کیتا ہے جناب پاک رالی اکبر دا سارا اون دے محمد دی ماں پتر دا سارا جھولی اچ پایا ہے بی بی آدے نکبر برچی تیرے جگر اچ نہیں برچی میرے جگر اچ لگی ہے اکبر تیری برچی میں کبر اچ بھی نہیں بھولنی مجلس ود دی آئی ہے برامدگی ہوندی آئی ہے کامل علی اصغر دا سارا کامل عباس بسم اللہ کرا ایک دعا منگ لوے جنہ کول پتر نہیں بی بی دا واسطے دعا منگ لوے کامل اون دا سر کامل محمد دا سر کامل اصغر دا سر مجلس پڑھیں دی آئیے سر برآمد ہوندے آئن مجلس پڑھیں دی آئیے سر برآمد ہوندے آئن کر سوال حبیب رضا سب تو زیادہ ماتم کیڑی برآمدگی تے ہویا ہے کچھی آلیا میں پڑھدا رہنا سجاد اشارہ کیتا ہے ممبر دی قسم ہے ہن پاکر عباس دا سر لایا